ਬਿੱਲੀਆਂ ਬਿੱਲੀਆਂ ਕਾ ਕਿੱਡਾ ਸੋਹਣਾ ਗਾਣਾ ਲਵਾਇਆ ਮੰਮੀ ਦੇਖ ਲੈ ਕਿੱਡਾ ਸੋਹਣਾ ਗਾਣਾ ਆਈ ਜੇ ਤੂੰ ਆਉਂਦੀ ਤਾਂ ਭਲਾ ਗਾਣਾ ਕਿਹੜਾ ਲੱਗਣਾ ਸੀ ਲਿਬੜੀਆਂ ਲਿਬੜੀਆਂ ਲਗਾਣਾ ਮੈਂ ਕਿਹਦੇ ਮੋਢਿਆਂ ਤੇ ਰੱਖਾਂ ਸਾਰੀ ਮਿੱਟੀ ਕੱਢੀ ਬਾਹਰ ਸਾਰੀ ਕਿਸੇ ਕਰਾਉਂਦੇ ਆ
ਸਮਝ ਹੀ ਨਹੀਂ ਆਉਂਦੀ।
ਉਹ ਨਾਲ ਦੇ ਪੁੱਛਣ ਦਾ ਆ ਕੰਜਰ ਕੀ ਭੌਂਕਣਾ ਹੈ। ਅੱਛਾ ਅੰਮੀ ਗਈ 50,000 ਰੁਪਏ ਅੰਮੀ ਨੇ ਕਿਹਾ ਮੇਰੀ ਗੱਲ ਸੁਣੋ, ਮੈਂ 50,000 ਰੁਪਏ ਲੈ ਕੇ ਪ੍ਰੋਗਰਾਮ ਤੇ ਆਉਣਾ ਵਾ ਤੇ ਤੁਹਾਡਾ ਬੰਦਾ ਕਿਸੇ ਨੇ ਸ਼ਰਾਰਤ ਨਾ ਕਰੇ, ਕਿਸੇ ਬੰਦੇ ਨੂੰ ਮੈਨੂੰ ਹੱਥ ਨਾ ਲੱਗੇ। ਉਹਨਾਂ ਕਿਹਾ ਜੀ ਠੀਕ ਹੈ ਤੁਹਾਨੂੰ 50,000 ਦੇਵਾਂਗੇ, ਹੱਥ ਨਹੀਂ ਲੱਗੂਗਾ। ਬਸ ਫਿਰ ਅੰਮੀ ਜਦੋਂ ਡਾਂਸ ਸ਼ੁਰੂ ਕਰਨ ਲੱਗੀ ਆ ਉਹਨਾਂ ਨੇ ਥੱਲੇ ਨੰਗੀ ਤਾਰ ਵਿਛਾਈ, ਇੱਧਰ ਗਾਣਾ ਸ਼ੁਰੂ ਹੋਇਆ ਉੱਧਰ ਉਹਨੇ ਕਰੰਟ ਛੱਡਤਾ। ਬਸ ਅੰਮੀ ਉੱਤੇ ਤੜਫੀ ਜਾਵੇ ਤੇ ਲੋਕ ਉਹ ਲੋਕੀ ਉੱਤੇ ਪੈਸੇ ਦੇਣ ਲੱਗ ਗਏ, ਅੰਮੀ ਨੂੰ ਫੜੇ ਕੋਈ ਨਾ, ਉਹ ਕਹਿਣ ਪਤਾ ਨਹੀਂ ਕਲਾਸ ਵਿੱਚ ਡਾਂਸ ਕਰਨ ਡਈ ਇਹ ਕੰਮ ਦਾ ਨਾ ਕੀ ਸੀ ਕਰ ਲਾ ਆਇਆ ਨਾ ਮੈਂ ਅੰਦਰ ਪਾਇਆ ਹੋਈ ਆ ਨਹੀਂ ਨਹੀਂ ਅੱਜ ਨਾਲ
ਸੁਣ ਜਾਂਦੀ ਹੈ ਕਿ ਨਹੀਂ? ਓਏ ਸਾਨੂੰ ਸਾਡੇ ਘਰ ਛੱਡ ਰਹੇ ਹੋ? ਸਾਡੇ ਘਰ ਛੱਡ ਦਿੰਦੇ